ਸੁਨਾਮ ਦੇ ਪਿੰਡ ਕਣਕਵਾਲਾ ਭੰਗੂਆ ਦੇ ਵਿੱਚ ਸ਼ੈਲਰ ਦੀ ਉਸਾਰੀ ਅਧੀਨ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋਣ ਦੀ ਖਬਰ ਹੈ, ਜਦੋਂ ਕਿ 2 ਮਜ਼ਦੂਰ ਇਸ ਹਾਦਸੇ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮਜ਼ਦੂਰ ਸ਼ੈਲਰ ਦੀ ਕੰਧ ਨੂੰ ਪਲਸਤਰ ਕਰ ਰਹੇ ਸਨ ਤਾਂ ਪਲਸਤਰ ਕਰਨ ਲਈ ਬਣਾਈ ਪੈਡ ਦੇ ਟੁੱਟ ਜਾਣ ਕਾਰਨ ਉਕਤ ਮਜ਼ਦੂਰ ਕਾਫ਼ੀ ਉਚਾਈ ਤੋਂ ਹੇਠਾਂ ਡਿੱਗ ਪਏ, ਜਿਸ ਨਾਲ 3 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਮਜ਼ਦੂਰਾਂ ਵਿੱਚ ਅਮਨਦੀਪ ਸਿੰਘ ਪੁੱਤਰ ਬਿੱਲੂ ਸਿੰਘ, ਬਿੱਟੂ ਸਿੰਘ ਪੁੱਤਰ ਅਜੀਤ ਸਿੰਘ, ਦੋਵੇਂ ਵਾਸੀ ਹੀਰੋ ਖੁਰਦ ਅਤੇ ਜਨਕ ਰਾਜ ਪੁੱਤਰ ਨਛੱਤਰ ਸਿੰਘ ਵਾਸੀ ਧਰਮਗੜ੍ਹ ਸ਼ਾਮਲ ਹਨ, ਜਦੋਂ ਕਿ ਗੰਭੀਰ ਜ਼ਖਮੀ ਹੋਏ ਮਜ਼ਦੂਰਾਂ ਵਿੱਚ ਜੱਸਾ ਸਿੰਘ ਪੁੱਤਰ ਗਾਜ ਸਿੰਘ ਵਾਸੀ ਧਰਮਗੜ੍ਹ ਅਤੇ ਕ੍ਰਿਸ਼ਨ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਰਤਨਗੜ੍ਹ ਪਾਟਿਆਵਾਲੀ ਸ਼ਾਮਲ ਹਨ। ਜੀ, ਮੈਂ ਇਹੀ ਕਹਿਣਾ ਚਾਹੁੰਦਾ ਜੀ, ਸਾਡਾ ਭਾਈ ਸੀ ਅਮਨਦੀਪ ਸਿੰਘ ਜੀ, ਸਨ ਆਫ ਬਿੱਲੂ ਸਿੰਘ ਜੀ, ਅਸੀਂ ਸਰਕਾਰ ਤੋਂ ਇਹੀ ਮੰਗ ਮੰਗਦੇ ਹਾਂ ਜੀ ਵੀ ਸਵੇਰੇ ਅੱਜ ਉਹਨਾਂ ਨਾਲ ਹਾਦਸਾ ਹੋਇਆ ਜੋ ਬਹੁਤ ਹੀ ਭਿਆਨਕ ਹੋਇਆ ਗਾ ਜੀ, ਵੀ 3 ਜਾਣੇ ਐਕਸਪਾਇਰ ਹੋ ਗਏ ਜੀ, 2 ਜਾਣੇ ਜ਼ਖਮੀ ਨੇ ਜੀ, 3 ਜਾਣੇ ਤਾਂ ਚਲੇ ਗਏ ਜੀ। ਅਸੀਂ ਸਰਕਾਰ ਤੋਂ ਬੇਨਤੀ ਇਹੀ ਮੰਗਦੇ ਵੀ ਉਹਨਾਂ ਦਾ ਜੀ ਜੋ ਵੀ ਜਿੰਨੀ ਸਹਾਇਤਾ ਕਰ ਸਕਣੇ ਜੀ, ਵੱਧ ਤੋਂ ਵੱਧ ਕਰ ਸਕਣੇ ਜੀ, ਉਹਨਾਂ ਦੇ ਬੱਚਿਆਂ ਬਾਰੇ ਸੋਚਣੇ ਜੀ, ਨਿੱਕੇ ਨਿੱਕੇ ਬੱਚੇ ਆ ਜੀ ਉਹਨਾਂ ਦੇ, ਅਸੀਂ ਸਰਕਾਰ ਤੋਂ ਇਹੀ ਕਹਿਣਾ ਚਾਹੁੰਦੇ ਜੀ। ਬਾਕੀ ਜੋ ਜੀ ਬਾਬੂ ਨੇ ਜੀ, ਕੀ ਨਾਮ ਬਾਬੂ ਦਾ, ਬਿੱਕੂ ਬਾਬੂ ਨੂੰ ਵੀ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਜਿੰਨੀ ਬਣਦੀ ਸਹਾਇਤਾ ਜੀ ਉਹਨਾਂ ਦੀ ਕੀਤੀ ਜਾਵੇ ਜੀ। ਅੱਜ ਜੀ 2 ਮੁੰਡੇ ਰਹੇ, ਇੱਕ ਹਸਪਤਾਲ 'ਚ ਸੁਨਾਮ ਆ ਜੀ, ਇੱਕ ਚੀਮੇ ਆ ਜੀ, ਉੱਥੇ ਹੀ ਪਟਿਆਲੇ ਰੈਫਰ ਕੀਤਾ ਜੀ। ਬਸ ਅਸੀਂ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਵੀ ਬਣਦੀ ਜਿੰਨੇ ਉਹਨਾਂ ਦੀ ਸਹਾਇਤਾ ਜੀ ਕੀਤੀ ਜਾਵੇ ਜੀ। ਇਹ ਵਾਕਿਆ ਕਣਕਵਾਲ ਭੰਗੂਆ ਇਹ ਪਿੰਡ, ਉੱਥੇ ਨਵੇਂ ਸੈਲਰ ਦੀ ਉਸਾਰੀ ਹੋ ਰਹੀ ਸੀ, ਜਦੋਂ ਉਸਾਰੀ ਦੌਰਾਨ ਮਤਲਬ ਜਿਹੜੇ ਸੈਲਰ ਦੀ ਉਹ ਕੰਧ ਗਿਰ ਗਈ, ਜਿਸ ਕਰਕੇ ਕੰਧ ਦੇ ਥੱਲੇ 4 ਮਜ਼ਦੂਰ ਆ ਗਏ ਸੀ, ਜਿਨ੍ਹਾਂ 'ਚੋਂ 2 ਦੀ ਡੈਥ ਹੋ ਗਈ ਸੀ ਅਤੇ 2 ਪਟਿਆਲੇ ਰੈਫਰ ਕਰਤੇ ਸੀ ਜਿਨ੍ਹਾਂ ਦਾ ਇਲਾਜ ਚੱਲ ਰਿਹਾ। ਅਗਲੀ ਜੋ ਵੀ ਆ ਉਹ ਸਟੇਟਮੈਂਟ ਹੋਊਗੀ ਉਹਨਾਂ ਦੇ ਵਾਰਸਾਂ ਦੀ, ਉਸ ਦੇ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸੁਨਾਮ ਦੇ ਪਿੰਡ ਕਣਕਵਾਲਾ ਭੰਗੂਆ ਦੇ ਵਿੱਚ ਸ਼ੈਲਰ ਦੀ ਉਸਾਰੀ ਅਧੀਨ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋਣ ਦੀ ਖਬਰ ਹੈ, ਜਦੋਂ ਕਿ 2 ਮਜ਼ਦੂਰ ਇਸ ਹਾਦਸੇ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮਜ਼ਦੂਰ ਸ਼ੈਲਰ ਦੀ ਕੰਧ ਨੂੰ ਪਲਸਤਰ ਕਰ ਰਹੇ ਸਨ ਤਾਂ ਪਲਸਤਰ ਕਰਨ ਲਈ ਬਣਾਈ ਪੈਡ ਦੇ ਟੁੱਟ ਜਾਣ ਕਾਰਨ ਉਕਤ ਮਜ਼ਦੂਰ ਕਾਫ਼ੀ ਉਚਾਈ ਤੋਂ ਹੇਠਾਂ ਡਿੱਗ ਪਏ, ਜਿਸ ਨਾਲ 3 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਮਜ਼ਦੂਰਾਂ ਵਿੱਚ ਅਮਨਦੀਪ ਸਿੰਘ ਪੁੱਤਰ ਬਿੱਲੂ ਸਿੰਘ, ਬਿੱਟੂ ਸਿੰਘ ਪੁੱਤਰ ਅਜੀਤ ਸਿੰਘ, ਦੋਵੇਂ ਵਾਸੀ ਹੀਰੋ ਖੁਰਦ ਅਤੇ ਜਨਕ ਰਾਜ ਪੁੱਤਰ ਨਛੱਤਰ ਸਿੰਘ ਵਾਸੀ ਧਰਮਗੜ੍ਹ ਸ਼ਾਮਲ ਹਨ, ਜਦੋਂ ਕਿ ਗੰਭੀਰ ਜ਼ਖਮੀ ਹੋਏ ਮਜ਼ਦੂਰਾਂ ਵਿੱਚ ਜੱਸਾ ਸਿੰਘ ਪੁੱਤਰ ਗਾਜ ਸਿੰਘ ਵਾਸੀ ਧਰਮਗੜ੍ਹ ਅਤੇ ਕ੍ਰਿਸ਼ਨ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਰਤਨਗੜ੍ਹ ਪਾਟਿਆਵਾਲੀ ਸ਼ਾਮਲ ਹਨ। ਜੀ, ਮੈਂ ਇਹੀ ਕਹਿਣਾ ਚਾਹੁੰਦਾ ਜੀ, ਸਾਡਾ ਭਾਈ ਸੀ ਅਮਨਦੀਪ ਸਿੰਘ ਜੀ, ਸਨ ਆਫ ਬਿੱਲੂ ਸਿੰਘ ਜੀ, ਅਸੀਂ ਸਰਕਾਰ ਤੋਂ ਇਹੀ ਮੰਗ ਮੰਗਦੇ ਹਾਂ ਜੀ ਵੀ ਸਵੇਰੇ ਅੱਜ ਉਹਨਾਂ ਨਾਲ ਹਾਦਸਾ ਹੋਇਆ ਜੋ ਬਹੁਤ ਹੀ ਭਿਆਨਕ ਹੋਇਆ ਗਾ ਜੀ, ਵੀ 3 ਜਾਣੇ ਐਕਸਪਾਇਰ ਹੋ ਗਏ ਜੀ, 2 ਜਾਣੇ ਜ਼ਖਮੀ ਨੇ ਜੀ, 3 ਜਾਣੇ ਤਾਂ ਚਲੇ ਗਏ ਜੀ। ਅਸੀਂ ਸਰਕਾਰ ਤੋਂ ਬੇਨਤੀ ਇਹੀ ਮੰਗਦੇ ਵੀ ਉਹਨਾਂ ਦਾ ਜੀ ਜੋ ਵੀ ਜਿੰਨੀ ਸਹਾਇਤਾ ਕਰ ਸਕਣੇ ਜੀ, ਵੱਧ ਤੋਂ ਵੱਧ ਕਰ ਸਕਣੇ ਜੀ, ਉਹਨਾਂ ਦੇ ਬੱਚਿਆਂ ਬਾਰੇ ਸੋਚਣੇ ਜੀ, ਨਿੱਕੇ ਨਿੱਕੇ ਬੱਚੇ ਆ ਜੀ ਉਹਨਾਂ ਦੇ, ਅਸੀਂ ਸਰਕਾਰ ਤੋਂ ਇਹੀ ਕਹਿਣਾ ਚਾਹੁੰਦੇ ਜੀ। ਬਾਕੀ ਜੋ ਜੀ ਬਾਬੂ ਨੇ ਜੀ, ਕੀ ਨਾਮ ਬਾਬੂ ਦਾ, ਬਿੱਕੂ ਬਾਬੂ ਨੂੰ ਵੀ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਜਿੰਨੀ ਬਣਦੀ ਸਹਾਇਤਾ ਜੀ ਉਹਨਾਂ ਦੀ ਕੀਤੀ ਜਾਵੇ ਜੀ। ਅੱਜ ਜੀ 2 ਮੁੰਡੇ ਰਹੇ, ਇੱਕ ਹਸਪਤਾਲ 'ਚ ਸੁਨਾਮ ਆ ਜੀ, ਇੱਕ ਚੀਮੇ ਆ ਜੀ, ਉੱਥੇ ਹੀ ਪਟਿਆਲੇ ਰੈਫਰ ਕੀਤਾ ਜੀ। ਬਸ ਅਸੀਂ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਵੀ ਬਣਦੀ ਜਿੰਨੇ ਉਹਨਾਂ ਦੀ ਸਹਾਇਤਾ ਜੀ ਕੀਤੀ ਜਾਵੇ ਜੀ। ਇਹ ਵਾਕਿਆ ਕਣਕਵਾਲ ਭੰਗੂਆ ਇਹ ਪਿੰਡ, ਉੱਥੇ ਨਵੇਂ ਸੈਲਰ ਦੀ ਉਸਾਰੀ ਹੋ ਰਹੀ ਸੀ, ਜਦੋਂ ਉਸਾਰੀ ਦੌਰਾਨ ਮਤਲਬ ਜਿਹੜੇ ਸੈਲਰ ਦੀ ਉਹ ਕੰਧ ਗਿਰ ਗਈ, ਜਿਸ ਕਰਕੇ ਕੰਧ ਦੇ ਥੱਲੇ 4 ਮਜ਼ਦੂਰ ਆ ਗਏ ਸੀ, ਜਿਨ੍ਹਾਂ 'ਚੋਂ 2 ਦੀ ਡੈਥ ਹੋ ਗਈ ਸੀ ਅਤੇ 2 ਪਟਿਆਲੇ ਰੈਫਰ ਕਰਤੇ ਸੀ ਜਿਨ੍ਹਾਂ ਦਾ ਇਲਾਜ ਚੱਲ ਰਿਹਾ। ਅਗਲੀ ਜੋ ਵੀ ਆ ਉਹ ਸਟੇਟਮੈਂਟ ਹੋਊਗੀ ਉਹਨਾਂ ਦੇ ਵਾਰਸਾਂ ਦੀ, ਉਸ ਦੇ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।